ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਸਾਡੇ YouTube ਚੈਨਲ ਦੇ ਵਿੱਚ ਦੋਸਤੋ ਇਸ ਵੀਡੀਓ ਵਿੱਚ ਅਸੀਂ ਜ਼ਮੀਨ ਮਾਪਣ ਦੇ ਸਹੀ ਢੰਗ ਨੂੰ ਦੱਸਾਂਗੇ ਜਿਸ ਨਾਲ ਤੁਸੀਂ ਜ਼ਮੀਨ ਦਾ ਰਕਬਾ ਸਹੀ ਤਰੀਕੇ ਨਾਲ ਕੱਢ ਸਕੋਗੇ ਦੋਸਤੋ ਇਹ ਜਰਨਲ ਨੌਲੇਜ ਵਾਸਤੇ ਬਹੁਤ ਹੀ ਜ਼ਰੂਰੀ ਗੱਲਾਂ ਹਨ ਸਾਡੇ ਬਹੁਤ ਸਾਰੇ ਦੋਸਤ ਜ਼ਮੀਨ ਮਾਪਣ ਦੇ ਸਹੀ ਢੰਗ ਨੂੰ ਨਹੀਂ ਜਾਣਦੇ ਸੋ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦੱਸਾਂਗੇ ਵੀਡੀਓ ਦੇਖਣ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤਾਂ ਜੋ ਹਰ ਆਉਣ ਵਾਲੀ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਤਾਂ ਦੋਸਤੋ ਤੁਹਾਨੂੰ ਫੁੱਟ ਅਤੇ ਮੀਟਰ ਦਾ ਪਤਾ ਹੋਣਾ ਬਹੁਤ ਹੀ ਜ਼ਰੂਰੀ ਹੈ ਸਭ ਤੋਂ ਪਹਿਲਾਂ ਜੇਕਰ ਅਸੀਂ ਫੁੱਟ ਦੀ ਗੱਲ ਕਰੀਏ ਤਾਂ 1 ਫੁੱਟ ਵਿੱਚ 12 ਇੰਚ ਹੁੰਦੇ ਹਨ ਇਸ ਤੋਂ ਬਾਅਦ ਮੀਟਰ ਦੀ ਗੱਲ ਕਰੀਏ ਤਾਂ 1 ਮੀਟਰ ਵਿੱਚ 39.37 ਇੰਚ ਹੁੰਦੇ ਹਨ ਜਾਨੀ ਕਿ 3.28 ਫੁੱਟ ਦਾ ਜਿਹੜਾ ਹੈ ਉਹ 1 ਮੀਟਰ ਹੁੰਦਾ ਹੈ ਇਸ ਤੋਂ ਬਾਅਦ ਦੋਸਤੋ ਜੇਕਰ ਅਸੀਂ ਕਰਮ ਦੀ ਗੱਲ ਕਰੀਏ ਤਾਂ ਇੱਕ ਕਰਮ ਜਿਹੜੀ ਹੈ ਉਹ 5.5 ਫੁੱਟ ਦੀ ਜਿਹੜੀ ਆ ਹੁੰਦੀ ਹੈ ਜਾਂ ਤੁਸੀਂ ਕਹਿ ਸਕਦੇ ਹੋ ਕਿ 5 ਫੁੱਟ 6 ਇੰਚ 66 ਇੰਚ ਵੀ ਤੁਸੀਂ ਇਸ ਨੂੰ ਕਹਿ ਸਕਦੇ ਹੋ ਜਾਨੀ ਕਿ 66 ਇੰਚ ਦੀ ਇੱਕ ਜਿਹੜੀ ਹੈ ਉਹ ਕਰਮ ਹੁੰਦੀ ਹੈ ਇਸ ਤੋਂ ਬਾਅਦ ਦੋਸਤੋ ਜੇਕਰ ਅਸੀਂ ਸਰਸਾਈ ਦੀ ਗੱਲ ਕਰੀਏ ਤਾਂ ਇੱਕ ਵਰਸਾਈ ਇੱਕ ਕਰਮ ਸਕੁਅਰ ਦੇ ਬਰਾਬਰ ਜਿਹੜੀ ਆ ਉਹ ਹੁੰਦੀ ਹੈ ਦੋਸਤੋ ਇੱਕ ਵਰਸਾਈ ਦੇ ਵਿੱਚ ਕਿੰਨੇ ਫੁੱਟ ਹੁੰਦੇ ਹਨ ਇੱਕ ਵਰਸਾਈ ਦੇ ਵਿੱਚ 30.5 ਜਿਹੜੇ ਫੁੱਟ ਹਨ ਉਹ ਹੁੰਦੇ ਹਨ ਜਿਵੇਂ ਕਿ ਦੋਸਤੋ ਇਹ ਏਰੀਆ 5.5 ਫੁੱਟ ਹੀ ਐਸਾਈਡ ਹੈ 5.5 ਫੁੱਟ ਹੀ ਐਸਾਈਡ ਹੈ ਜੇਕਰ ਇਸ ਨੂੰ ਅਸੀਂ ਗੁਣਾ ਕਰੀਏ ਤਾਂ 5.5 5.5 ਇਹ ਦੋਸਤੋ ਸਾਡੇ ਕੋਲ 30.25 ਫੁੱਟ ਜਿਹੜਾ ਹੈ ਉਹ ਬਣਦਾ ਹੈ। ਯਾਨੀ ਕਿ ਇੱਕ ਕਰਮ ਜਿਹੜੀ ਹੈ ਉਹ 30.25 ਸਕਰ ਫੁੱਟ ਹੈ। ਇਸ ਤੋਂ ਬਾਅਦ ਦੋਸਤੋ ਅਸੀਂ ਮਰਲੇ ਬਾਰੇ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਜੇਕਰ ਅਸੀਂ ਸਰਸਾਈਆਂ ਦੀ ਗੱਲ ਕਰੀਏ ਤਾਂ ਇੱਕ ਮਰਲੇ ਵਿੱਚ ਨੌ ਸਰਸਾਈਆਂ ਜਿਹੜੀਆਂ ਹਨ ਉਹ ਹੁੰਦੀਆਂ ਹਨ। ਹੁਣ ਦੋਸਤੋ ਇਸ ਤੋਂ ਬਾਅਦ ਇੱਕ ਸਰਸਾਈ ਜਿਹੜੀ ਹੈ ਉਸ ਦਾ ਸਹਜ ਜਿਹੜਾ ਉਹ 30.5 ਫੁੱਟ ਹੈ। ਯਾਨੀ ਕਿ 30.5 ਗੁਣਾ 9 ਸਰਸਾਈਆਂ ਇਹ ਤੁਹਾਡੇ ਕੋਲ 272.25 ਜਿਹੜੇ ਹਨ ਸਕਰ ਫੁੱਟ ਜਿਹੜੇ ਹਨ ਉਹ ਆ ਜਾਣਗੇ। ਕਿ ਇੱਕ ਮਰਲੇ ਵਿੱਚ 272.25 ਸਕਰ ਫੁੱਟ ਜਿਹੜੇ ਹਨ ਉਹ ਹੁੰਦੇ ਹਨ। ਜੇਕਰ ਦੋਸਤੋ ਇੱਕ ਮਰਲੇ ਵਿੱਚ ਕਰਮਾਂ ਦੀ ਗੱਲ ਕਰੀਏ ਤਾਂ ਤਿੰਨ 5.5 ਫੁੱਟ ਦੀ ਇੱਕ ਕਰਮ ਹੁੰਦੀ ਹੈ ਜਾਨੀ ਕਿ ਤਿੰਨ ਕਰਮਾਂ ਦਾ ਜਿਹੜਾ ਹੈ ਤਿੰਨ ਕਰਮਾ ਇੱਕ ਸਾਈਡ ਤੇ ਤਿੰਨ ਕਰਮਾ ਹੀ ਦੂਸਰੀ ਸਾਈਡ ਇਸ ਦਾ ਇੱਕ ਜਿਹੜਾ ਹੈ ਉਹ ਮਰਲਾ ਬਣਦਾ ਹੈ 16.5 16.5 ਦੋਸਤੋ 272.25 ਸਕਰ ਫੁੱਟ ਜਿਹੜਾ ਹੈ ਉਹ ਇੱਕ ਮਰਲੇ ਦਾ ਏਰੀਆ ਬਣ ਜਾਂਦਾ ਹੈ ਦੋਸਤੋ ਇਸੀ ਕੇ ਮਰਲੇ ਨੂੰ ਤੁਸੀਂ ਕਿਸ ਤਰ੍ਹਾਂ ਸਕਰ ਫੁੱਟ ਵਿੱਚ ਕਰ ਸਕਦੇ ਹੋ ਇਸ ਤੋਂ ਬਾਅਦ ਜੇਕਰ ਅਸੀਂ ਕਨਾਲ ਦੀ ਗੱਲ ਕਰੀਏ ਤਾਂ ਇੱਕ ਕਨਾਲ ਵਿੱਚ ਜਿਹੜੇ ਹਨ ਉਹ 20 ਮਰਲੇ ਜਿਹੜੇ ਹੁੰਦੇ ਹਨ ਹੁਣ ਦੋਸਤੋ ਜੇਕਰ ਅਸੀਂ ਕਨਾਲ ਨੂੰ ਫੁੱਟਾਂ ਵਿੱਚ ਕਰਨਾ ਹੋਵੇ ਤਾਂ ਸਭ ਤੋਂ ਪਹਿਲਾਂ ਇੱਕ ਮਰਲੇ ਵਿੱਚ ਜਿਹੜੇ ਹਨ ਉਹ 272.25 ਸਕਰ ਫੁੱਟ ਜਿਹੜੇ ਹਨ ਉਹ ਹੁੰਦੇ ਹਨ ਅਤੇ ਅਸੀਂ 272.5 ਨੂੰ ਜਿਹੜੇ ਹਨ ਉਹ 20 ਨਾਲ ਗੁਣਾ ਕਰਨ ਤੇ ਸਾਡੇ ਕੋਲ ਇਹ ਟੋਟਲ ਏਰੀਆ ਜਿਹੜਾ ਹੈ ਉਹ 5445 ਜਿਹੜਾ ਹੈ ਸਕਰ ਫੁੱਟ ਆ ਜਾਵੇਗਾ ਇਸ ਤੋਂ ਬਾਅਦ ਜੇਕਰ ਦੋਸਤੋ ਅਸੀਂ ਕਿਲੇ ਦੀ ਗੱਲ ਕਰੀਏ ਤਾਂ ਇੱਕ ਕਿਲੇ ਦੇ ਵਿੱਚ 8 ਕਨਾਲਾਂ ਜਿਹੜੀਆਂ ਹਨ ਉਹ ਹੁੰਦੀਆਂ ਹਨ ਜਿਹੜੇ ਨਾਰਮਲ ਖੇਤੀਬਾੜੀ ਕਰਨ ਵਾਲੇ ਲੋਕ ਹਨ ਉਹਨਾਂ ਨੂੰ ਇਹ ਸਭ ਪਤਾ ਹੀ ਹੁੰਦਾ ਹੈ ਇਸ ਤੋਂ ਬਾਅਦ ਦੋਸਤੋ ਜੇਕਰ ਅਸੀਂ ਗੱਲ ਕਰੀਏ ਕਿ ਇੱਕ ਕਿਲੇ ਦੇ ਵਿੱਚ ਕਿੰਨੇ ਮਰਲੇ ਹੁੰਦੇ ਹਨ ਤਾਂ ਦੋਸਤੋ ਇੱਕ ਕਨਾਲ ਦੇ ਵਿੱਚ ਤੁਹਾਨੂੰ ਪਤਾ ਹੈ ਕਿ 20 ਮਰਲੇ ਹੁੰਦੇ ਹਨ ਅਤੇ 8 ਕਨਾਲਾਂ ਜਿਹੜੀਆਂ ਹਨ ਉਹ ਇੱਕ ਕਿਲੇ ਵਿੱਚ ਹੁੰਦੀਆਂ ਨੇ ਇਸ ਲਈ 20 8 160 ਮਰਲੇ ਜਿਹੜੇ ਹਨ ਉਹ ਇੱਕ ਕਿਲੇ ਦੇ ਵਿੱਚ ਬਣਦੇ ਹਨ ਇਸ ਤੋਂ ਬਾਅਦ ਦੋਸਤੋ ਜਿਹੜਾ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ 36 ਬਾਈ 40 ਦਾ ਜਿਹੜਾ ਹੈ ਇੱਕ ਕਿੱਲਾ ਹੁੰਦਾ ਹੈ ਜਾਨੀ ਕਿ 36 ਕਰਮਾ ਇੱਕ ਸਾਈਡ ਅਤੇ 40 ਕਰਮਾ ਇੱਕ ਸਾਈਡ ਦਾ ਜਿਹੜਾ ਹੈ ਉਹ ਕਿੱਲਾ ਹੁੰਦਾ ਹੈ ਜੇਕਰ ਦੋਸਤੋ ਅਸੀਂ 36 ਬਾਈ 40 ਨੂੰ ਗੁਣਾ ਕਰਦੇ ਹਾਂ ਤਾਂ 1440 ਕਰਮ ਸਕਰ ਇੱਕ ਕਿੱਲੇ ਦਾ ਸਾਈਜ਼ ਆਉਂਦਾ ਹੈ ਜੇਕਰ ਅਸੀਂ ਇਸ ਨੂੰ ਫੁੱਟਾਂ ਦੇ ਵਿੱਚ ਕਨਵਰਟ ਕਰਨਾ ਹੋਵੇ ਤਾਂ ਸਾਨੂੰ ਪਤਾ ਹੈ ਕਿ ਇੱਕ ਕਰਮ ਜਿਹੜੀ ਆ ਉਹ 5.5 ਫੁੱਟ ਦੀ ਹੁੰਦੀ ਹੈ ਇਸ ਲਈ 36 ਕਰਮਾ ਨੂੰ 5.5 ਤੇ ਗੁਣਾ ਕਰਨ ਤੇ ਅਤੇ 40 ਨੂੰ 5.5 ਗੁਣਾ ਕਰਨ ਤੇ ਸਾਡੇ ਕੋਲ 198 ਇੱਕ ਸਾਈਡ ਅਤੇ 220 ਫੁੱਟ ਇੱਕ ਸਾਈਡ ਜਿਹੜੀ ਹੈ ਉਹ ਬਣ ਜਾਂਦੀ ਹੈ ਜੇਕਰ ਅਸੀਂ ਇਸ ਨੂੰ ਗੁਣਨਫਲ ਇਸ ਤਰ੍ਹਾਂ ਕਰਦੇ ਹਾਂ ਤਾਂ ਸਾਡੇ ਕੋਲ ਟੋਟਲ ਏਰੀਆ ਜਿਹੜਾ ਹੈ 43560 ਸਕਰ ਫੁੱਟ ਜਿਹੜਾ ਹੈ ਇੱਕ ਕਿਲੇ ਦਾ ਏਰੀਆ ਬਣ ਜਾਂਦਾ ਹੈ ਇਸ ਤੋਂ ਬਾਅਦ ਦੋਸਤੋ ਅਸੀਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨੇ ਹਾਂ ਜਿਸ ਦੇ ਵਿੱਚ ਤੁਸੀਂ ਏਰੀਆ ਕਿਸ ਤਰ੍ਹਾਂ ਫਾਈਂਡ ਕਰ ਸਕਦੇ ਹੋ ਉਸ ਦੇ ਬਾਰੇ ਦੱਸਦੇ ਹਾਂ ਇੱਕ ਕਨਾਲ ਦਾ ਜੇਕਰ ਤੁਸੀਂ ਏਰੀਆ ਫਾਈਂਡ ਕਰਨਾ ਹੈ ਤਾਂ ਇਹ ਜਿਹੜਾ ਸਾਈਜ਼ ਬਣਦਾ ਹੈ ਇੱਕ ਸਾਈਡ ਜਿਹੜੀ ਹੈ ਇਸ ਦੀ 90.75 ਫੁੱਟ ਬਣਦੀ ਹੈ ਅਤੇ ਇੱਕ ਸਾਈਡ ਜਿਹੜੀ ਹੈ ਉਹ 60 ਫੁੱਟ ਹੈ ਇਸ ਦਾ ਸਾਈਜ਼ ਫਾਈਂਡ ਕਰਨ ਦੇ ਲਈ ਸਾਨੂੰ 90.75 ਨੂੰ 60 ਨਾਲ ਮਲਟੀਪਲਾਈ ਕਰਨਾ ਹੋਵੇਗਾ। ਦੋਸਤੋ ਮਲਟੀਪਲਾਈ ਕਰਨ ਦੇ ਨਾਲ ਸਾਡੇ ਕੋਲ 5445 ਸਕਰ ਫੁੱਟ ਜਿਹੜਾ ਹੈ ਉਹ ਏਰੀਆ ਬਣ ਜਾਂਦਾ ਹੈ। ਜਿਹੜਾ ਕਿ ਇੱਕ ਕਨਾਲ ਦਾ ਏਰੀਆ ਬਣਦਾ ਹੈ। ਜੇਕਰ ਅਸੀਂ ਇਸ ਨੂੰ ਮਰਲਿਆਂ ਵਿੱਚ ਕੱਢਣਾ ਹੋਵੇ ਤਾਂ 5445 ਨੂੰ ਅਸੀਂ 272.5 ਦੇ ਨਾਲ ਭਾਗ ਕਰਾਂਗੇ ਤੇ ਸਾਡੇ ਕੋਲ 20 ਮਰਲੇ ਜਗ੍ਹਾ ਬਣ ਜਾਵੇਗੀ ਇਸ ਤਰ੍ਹਾਂ ਤੁਸੀਂ ਇਹ ਏਰੀਆ ਫਾਈਂਡ ਕਰ ਸਕਦੇ ਹੋ ਅਸੀ ਦੋਸਤੋ ਕੁਝ ਬੇਸਿਕ ਗੱਲਾਂ ਜਿਹੜੀਆਂ ਤੁਹਾਡੇ ਕੰਮ ਆਉਣਗੀਆਂ ਵੀਡੀਓ ਦੇ ਅੰਤ ਵਿੱਚ ਜੇਕਰ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ